ਬੀਏ ਵਾਲੀ ਲਾਈਫ ਵੀ ਕੋਈ ਬਹੁਤੀ ਸੌਖੀ ਨਹੀਂ ਸੀਗੀ ਜ਼ਿੰਦਗੀ ਸਾਨੂੰ ਕਦੇ ਵੀ ਟਰੇਚ ਧਰ ਕੇ ਕੁਝ ਨਹੀਂ ਦਿੰਦੀ ਸਾਡੀ ਵੀ ਜ਼ਿੰਦਗੀ ਕੋਈ ਬਹੁਤੀ ਸੌਖੀ ਨਹੀਂ ਲੰਗੀ ਹਾਲਾਂਕਿ ਕਦੇ ਖਿਆਈਆਂ ਨੂੰ ਬਹੁਤੀ ਵੈਲਿਊ ਵੀ ਨਹੀਂ ਦਿੱਤੀ ਇਹ ਨਹੀਂ ਕਿਹਾ ਵੀ ਕਦੇ ਮਰੂ ਮਰੂ ਜਿਆ ਕੀ ਤੈ ਨਹੀਂ ਸ਼ਹਿਦ ਕਈ ਪਰਸਨਲ ਦੁਸ਼ਮਣੀਆਂ ਪਈਆਂ ਪਰਚੇ ਪਏ ਕੇਸ ਹੋਏ ਉਹਨਾਂ ਕੇਸਾਂ ਕਰਕੇ ਹੀ ਕਰਦਿਆਂ ਨੇ ਮੇਰੇ ਇੱਕ ਯਾਦ ਹੈ ਸ਼ੁਰੂਆਤੀ ਦਿਨਾਂ ਦੀ ਗੱਲ ਸੀ ਮੈਂ ਬੰਬੇ ਗਿਆ ਹੋਇਆ ਸੀ ਅ ਪੰਕਜ ਕਪੂਰ ਸਰ ਨਾਲ ਮੀਟਿੰਗ ਚੱਲ ਰਹੀ ਸੀਗੀ ਟੀ ਬ੍ਰੇਕ ਜਾ ਹੋਇਆ ਮੈਨੂੰ ਸੁਭਾਸ਼ ਕਈ ਜੀ ਦੇ ਆਫਿਸ ਚੋਂ ਫੋਨ ਆਉਂਦਾ ਵੀ ਸਰ ਢੰਡੀ ਘੜ ਰਹਿਨੇ ਆ ਨੀ ਰੋਟੀ ਪਾਣੀ ਵਾਸਤੇ ਦਿਲ ਅੱਜ ਵੀ ਆ ਸੰਗਰੂਰ ਆਲਾ ਮੈਂ ਗੱਬਰ ਸੰਗਰੂਰ ਥੋੜਾ ਸਮੁੰਦਰ ਵਰਗੇ ਆ ਥੋੜਾ ਲਹਿਰਾਂ ਵਰਗੇ ਆ ਥੋੜਾ ਪਿੰਡਾਂ ਵਰਗੇ ਆ ਥੋੜਾ ਸ਼ਹਿਰਾਂ ਵਰਗੇ ਆ ਛੋਟੇ ਹੁੰਦੇ ਤੋਂ ਹੀ ਫਿਲਮ ਲਾਈਨ ਟੀਵੀ ਇਸ ਲਾਈਨ 'ਚ ਆਉਂਦਾ ਕ੍ਰੇਜ਼ ਜਿਹਾ ਸੀਗਾ ਮਤਲਬ ਜਿੰਨੇ ਜਵਾਕਾਂ ਨੂੰ ਨੀ ਸਪਨੇ ਜਿਹ ਚ ਦਿਖਦੀਆਂ ਹੁੰਦੀਆਂ ਚੀਜ਼ਾਂ ਤਾਂ ਮੈਨੂੰ ਹਮੇਸ਼ਾ ਹੁੰਦਾ ਯਾਰ ਟੀਵੀ 'ਚ ਇਸ ਲਾਈਨ 'ਚ ਕੰਮ ਕਰਨਾ ਪਲੱਸ 2 ਕੀਤੀ ਇਹਦੀ ਗੱਲ ਤਾਂ ਪਲਸ 2 ਨਾਲ ਵੀ ਕਈ ਕਹਾਣੀਆਂ ਜੁੜੀਆਂ ਨੇਗੀਆਂ ਮੈਨੂੰ ਲੱਗਦਾ ਵੀ ਪਲਸ 2 ਨਾਨ ਮੈਡੀਕਲ ਐਲিসি ਲਈ ਤਾਂ ਤਾਂ ਸੀ ਮੈਨੂੰ ਹੁੰਦਾ ਸੀਗਾ ਵੀ ਯਾਰ ਆਪਾਂ ਕਲਾਕਾਰੀ ਵਾਲੇ ਫੀਲਡ ਚੋਂ ਆਪਾਂ ਥੀਏਟਰ ਜਾਂ ਇਸ ਚੀਜ਼ਾਂ ਚ ਹੈਗੇ ਆ ਵੀ ਇਸ ਲਾਈਨ ਚ ਜਾਣਾ ਤਾਂ ਵੀ ਸਾਨੂੰ ਲੋਕਾਂ ਨੂੰ ਆਪਦੇ ਆਪ ਚ ਇੰਟੈਲੀਜੈਂਟ ਘੱਟ ਸਮਝਦੇ ਸੀਗੇ ਤਾਂ ਮੈਨੂੰ ਸੀਗਾ ਵੀ ਯਾਰ ਵੀ ਥੋੜੀ ਅੱਡ ਜੀ ਸਟੱਡੀ ਕਰਨੀ ਆ ਪਲਸ 2 ਚੋਂ ਫੇਲ ਹੋ ਗਏ ਇੱਕ ਜਵਾਕ ਲਈ ਜਦੋਂ ਉਹ ਪਲਸ 2 ਚੋਂ ਫੇਲ ਹੋ ਜਾ ਮੈਨੂੰ ਲੱਗਦਾ ਵੀ ਸਭ ਤੋਂ ਔਖਾ ਟਾਈਮ ਵੀ ਉਹੀ ਹੁੰਦਾ ਉਹਦੀ ਦੁਨੀਆ ਖਤਮ ਹੋ ਜਾਂਦੀ ਹੈ ਉਹਦੀ ਜ਼ਿੰਦਗੀ ਸਾਰਾ ਕੁਝ ਹੀ ਖਤਮ ਹੋ ਜਾਂਦਾ ਪਰ ਅੱਜ ਸਕੂਨ ਵੀ ਆ ਵੀ ਪਲੱਸ 2 ਚੋਂ ਫੇਲ ਹੋ ਕੇ ਮੈਨੂੰ ਲੱਗਦਾ ਜ਼ਿੰਦਗੀ ਜਿੱਤ ਲਈ ਦੁਨੀਆ ਜਿੱਤ ਲਈ ਆਪਦੇ ਆਪ 'ਚ ਆਪਦੇ ਆਪ 'ਚ ਖੁਸ਼ ਆ ਪਲੱਸ 2 ਪਾਸ ਆਊਟ ਹੋ ਗਏ ਜਦੋਂ ਤਾਂ ਫੇਰ ਲੱਗਾ ਵੀ ਯਾਰ ਹੁਣ ਕੀ ਕੀਤਾ ਜਾਏ ਇੱਕ ਚੀਜ਼ ਤਾਂ ਸਮਝ ਆ ਗਈ ਸੀ ਵੀ ਯਾਰ ਆ ਮੈਡੀਕਲ ਨਾਨ ਮੈਡੀਕਲ ਇਹ ਚੀਜ਼ਾਂ ਤਾਂ ਔਖੀਆਂ ਨੇਗੀਆਂ ਤਾਂ ਫੇਰ ਹੋ ਗਿਆ ਯਾਰ ਵੀ ਟੀਵੀ ਲਈ ਕੀ ਰਾਹ ਹੁੰਦਾ ਕਿੱਧਰ ਜਾਣਾ ਚਾਹੀਦਾ ਤਾ ਸਮਝ ਆਇਆ ਵੀ ਅ ਥੀਏਟਰਿਕ ਚੀਜ਼ ਹੈਗੀ ਆ ਤਾਂ ਫਿਰ ਯਾਦ ਆਇਆ ਮਾਸਟਰ ਦੇਸ ਰਾਜੀ ਸ਼ਾਜ਼ਲੀ ਹੋਰੀ ਪਰਮਵੇਦ ਮਾਸਟਰ ਜੀ ਹੋਰੀ ਵੀ ਇਹ ਸਾਨੂੰ ਜਦੋਂ ਛੋਟੇ ਹੁੰਦੇ ਸਕੂਲ 'ਚ ਸਾਨੂੰ ਨਾਟਕ ਵਗੈਰਾ ਕਰਾਉਂਦੇ ਸੀਗੇ ਤਾਂ ਉਹਨਾਂ ਨੂੰ ਲੱਭਦੇ ਲੱਭਦੇ ਪਤਾ ਚੱਲਿਆ ਸੈਮੂਅਲ ਜੋਹਨ ਜਿਹੜੇ ਪੰਜਾਬੀ ਥੀਏਟਰ ਦਾ ਬਹੁਤ ਵੱਡਾ ਨਾਮ ਨੇਗੇ ਵੀ ਉਹ ਭਾਜੀ ਹੋਰੀ ਸਾਡੇ ਲਹਿਰੇਗਾਗੇ ਆਏ ਹੋਏ ਨੇਗੇ ਸ਼ੁਰੂ ਕੀਤਾ ਉੱਥੋਂ ਭਾਜੀ ਹੋਰਾਂ ਨਾਲ ਜੁੜ ਗਏ ਤਾਂ ਮੇਰੇ ਯਾਦ ਆ ਲਹਿਰਾ ਗਾਗਾ ਸਾਡਾ ਬੈਕਵਰਡ ਆ ਜਦੋਂ ਮੈਂ ਇੱਥੇ ਦਾਖਲਾ ਵੀ ਲਿਆ ਸੀ ਐਮਏ ਇੰਡੀਅਨ ਥੀਟਰ ਡਿਪਾਰਟਮੈਂਟ ਚ ਤਾਂ ਬੈਕਵਰਡ ਏਰੀਆ ਦਾ ਸਰਟੀਫਿਕੇਟ ਵੀ ਬਣਵਾਇਆ ਸੀਗਾ ਤਾਂ ਆਪਣੇ ਬੈਕਵਰਡ ਏਰੀਆਜ਼ ਚ ਇੱਕ ਚੀਜ਼ ਹੁੰਦੀ ਆ ਵੀ ਆਪਾਂ ਉੱਥੋਂ ਸਾਡੀਆਂ ਜਦੋਂ ਤੱਕ ਆਪਾਂ ਉੱਥੇ ਹੁੰਨੇ ਆ ਸਾਡੀਆਂ ਸੋਚਾਂ ਵੀ ਬੈਕਵਰਡ ਹੁੰਦੀਆਂ ਨਗੀਆਂ ਜਦੋਂ ਬਾਜੀ ਹੋਰਾਂ ਨਾਲ ਜੁੜੇ ਤਾਂ ਬਾਜੀ ਹੋਰਾਂ ਨੂੰ ਪਿੰਡ ਪਿੰਡ ਚੋ ਕਿਸੇ ਨੇ ਕਹਤਾ ਵੀ ਯਾਰ ਇਹਨਾਂ ਦਾ ਸਰਕਲ ਨਸ਼ੇੜੀਆਂ ਵਾਲਾ ਵੀ ਇਹ ਥੋੜਾ ਜਿਹਾ ਵੀ ਉਧਰ ਨੂੰ ਹੀ ਰਹਿੰਦੇ ਨੇਗੇ ਵੀ ਥੋੜਾ ਸਰਕਲ ਮੈਨੂੰ ਬਾਜੀ ਨੇ ਬੁਲਾਇਆ ਮੈਨੂੰ ਕਹਿੰਦੇ ਯਾਰ ਵੀਰੇ ਗੱਲ ਇਦਾਂ ਵੀ ਮੈਂ ਇੱਥੇ ਉਪਰ ਆਇਆ ਤੇ ਮੈਂ ਇੱਕ ਟੀਮ ਬਣਾਉਣੀ ਆ ਟੀਮ ਚਲਾਉਣੀ ਆ ਵੀ ਤੇਰੀਆਂ ਸ਼ਿਕਾਇਤਾਰੀਆਂ ਨੇ ਤੇਰੇ ਏਰੀਏ ਦੇ ਲੋਕ ਹੀ ਕਰ ਰਹੇ ਨੇਗੇ ਤਾਂ ਮੈਂ ਪਾਜੀ ਨੂੰ ਕਹਾਂ ਮੈਂ ਕਿਹਾ ਪਾਜੀ ਵੀ ਪਾਜੀ ਉਸ ਟਾਈਮ ਸਿਗਰਟ ਪੀ ਰਹੇ ਸੀ ਮੈਂ ਵੀ ਪਾਜੀ ਤੁਸੀਂ ਤਾਂ ਸਿਗਰਟ ਪੀ ਰਹੇ ਹੋ ਮੈਂ ਤਾਂ ਕਦੇ ਇਹਨੂੰ ਹੱਥ ਵੀ ਨਹੀਂ ਲਾਇਆ ਆਹੀ ਗੱਲ ਕਰਦਿਆਂ ਨਾਲ ਹੁੰਦੀ ਸੀ ਕਰਦਿਆਂ ਨੂੰ ਲੱਗਦਾ ਸੀ ਵੀ ਯਾਰ ਤੂੰ ਨਸ਼ੇੜੀਆਂ ਚ ਰਹਿੰਦਾ ਤੇਰਾ ਸਰਕਲ ਨਸ਼ੇੜੀਆਂ ਵਾਲਾ ਪਰ ਮੈਂ ਇੱਕੋ ਚੀਜ਼ ਕਹਿੰਦਾ ਹੁੰਦਾ ਸੀਗਾ ਵੀ ਤੁਹਾਨੂੰ ਐ ਕਿਉਂ ਲੱਗਦਾ ਮੈਂ ਨਸ਼ੇੜੀਆਂ ਚ ਰਹਿੰਨਾ ਐ ਕਿਉਂ ਨਹੀਂ ਲੱਗਦਾ ਵੀ ਉਹ ਮੇਰੇ ਨਾਲ ਰਹਿੰਦੇ ਨੇਗੇ ਤਾਨੂੰ ਐ ਕਿਉਂ ਲੱਗਦਾ ਵੀ ਮੈਂ ਉਹਨਾਂ ਨਾਲ ਰਹਿ ਕੇ ਨਸ਼ੇ ਕਰਨ ਲੱਗ ਜਾਊਂਗਾ ਤੁਹਾਨੂੰ ਐ ਕਿਉਂ ਨਹੀਂ ਲੱਗਦਾ ਵੀ ਉਹ ਮੇਰੇ ਨਾਲ ਰਹਿ ਕੇ ਨਸ਼ੇ ਛੱਡ ਜਾਣਗੇ ਦੋਸਤ ਸੀ ਯਾਰ ਸੀ ਮਿੱਤਰ ਸੀਗੇ ਸਰਕਲ ਚੰਗਾ ਮਾੜਾ ਹੁੰਦਾ ਬੰਦੇ ਬੰਦੇ ਵਧੀਆ ਹੁੰਦੇ ਨੇਗੇ ਕਿਸੇ ਨੂੰ ਆਪਾਂ ਮਤਲਬ ਇਹ ਗੱਲ ਕਰਕੇ ਇਹ ਨਸ਼ੇੜੀ ਐ ਇਹ ਮਾੜਾ ਐ ਚੰਗਾ ਆਪਾਂ ਛੱਡ ਨਹੀਂ ਸਕਦੇ ਹੁੰਦੇ ਤੇ ਅੱਜ ਉਹੀ ਯਾਰੀਆਂ ਦੋਸਤੀਆਂ ਦੀ ਬਲਬੂਤੀ ਮੈਨੂੰ ਲੱਗਦਾ ਵੀ ਅੱਜ ਪਰਮਾਤਮਾ ਨੇ ਜਿੰਨਾ ਕੁ ਕੁਛ ਦਿੱਤਾ ਕਿਸਮਤ ਨੇ ਕੁਦਰਤ ਨੇ ਜੋ ਹਾਸਲ ਕੀਤਾ ਤਾਂ ਸਾਰੇ ਯਾਰਾਂ ਦੀਆਂ ਯਾਰੀਆਂ ਤੇ ਉਹਨਾਂ ਦਾ ਹੌਸਲਾ ਨਾਲ ਬਹੁਤ ਦੂਰ ਤੱਕ ਤੁਰ ਕੇ ਆਇਆ ਬੀਏ ਵਾਲੀ ਲਾਈਫ ਵੀ ਕੋਈ ਬਹੁਤੀ ਸੌਖੀ ਨਹੀਂ ਸੀਗੀ ਜ਼ਿੰਦਗੀ ਸਾਨੂੰ ਕਦੇ ਵੀ ਟਰੇਚ ਧਰ ਕੇ ਕੁਝ ਨਹੀਂ ਦਿੰਦੀ ਸਾਡੀ ਵੀ ਜ਼ਿੰਦਗੀ ਕੋਈ ਬਹੁਤੀ ਸੌਖੀ ਨਹੀਂ ਲੰਗੀ ਹਾਲਾਂਕਿ ਕਦੇ ਖਿਆਈਆਂ ਨੂੰ ਬਹੁਤੀ ਵੈਲਿਊ ਵੀ ਨਹੀਂ ਦਿੱਤੀ ਇਹ ਨਹੀਂ ਕਿਹਾ ਵੀ ਕਦੇ ਮਰੂ ਮਰੂ ਜਿਆ ਕੀਤਾ ਹੀ ਨਹੀਂ ਸ਼ਾਇਦ ਕਰਦਿਆਂ ਤੋਂ ਲਾ ਲਓ ਜਾਂ ਉਸਤਾਦਾਂ ਤੋਂ ਲਾ ਲਓ ਸਾਨੂੰ ਕਦੇ ਰੋਣਾ ਜਾਂ ਸਖਾਇਆ ਹੀ ਨਹੀਂ ਗਿਆ ਸਾਨੂੰ ਹਮੇਸ਼ਾ ਲੜਨਾ ਸਖਾਇਆ ਗਿਆ ਆਪਾਂ ਵੈਸੇ ਵੀ ਪੰਜਾਬ 'ਚ ਰਹਿੰਦੇ ਆ ਤੇ ਪੰਜਾਬੀਆਂ ਦੀ ਫਿਤਰਤ ਆ ਆਪਾਂ ਬਥੇਰੇ ਇਤਿਹਾਸ ਵੱਲ ਵੀ ਨਜ਼ਰ ਮਾਰੀ ਹੈ ਬਹੁਤ ਹਮਲੇ ਚੱਲੇ ਹੋਣੇ ਤੇ ਉਹੀ ਬਸ ਨਿੱਕੇ ਹੁੰਦੇ ਜਿਹੜੀ ਕਛੂਏ ਤੇ ਖਰਗੋਸ਼ ਵਾਲੀ ਕਹਾਣੀ ਉਹ ਦਿਲ ਦਿਮਾਗ ਚ ਬਹੁਤ ਚੰਗੀ ਤਰ੍ਹਾਂ ਬੈਠੀ ਹੋਈ ਸੀ ਵੀ ਯਾਰ ਚੱਲਦੇ ਜਾਓ ਚੱਲਦੇ ਜਾਓ ਆਪਾਂ ਜਿੱਤਾਂਗੇ ਜ਼ਰੂਰ ਲੜਨਾ ਜ਼ਰੂਰੀ ਆ ਬਾਕੀ ਦੁਨੀਆ ਤੇ ਆਇਆ ਤਾਂ ਦੁਨੀਆ ਤੋਂ ਜਾਣਾ ਵੀ ਹੈ ਸਕੂਨ ਇਸ ਗੱਲ ਦਾ ਵੀ ਜਾਂਦੇ ਹੋਏ ਕੋਈ ਕੰਪੀਟੀਸ਼ਨ ਨਹੀਂ ਉੱਥੇ ਆਪਾਂ ਖਾਲੀ ਹੱਥ ਹੀ ਜਾਣਾ ਆਪਾਂ ਕੁਝ ਨਾਲ ਨਹੀਂ ਲੈ ਕੇ ਜਾਣਾ ਤਾਂ ਇਹ ਇਹ ਚੀਜ਼ਾਂ ਹੀ ਸਕੂਨ ਦਿੰਦੀਆਂ ਨੇ ਤਾਂ ਕਰਕੇ ਆਪਦੇ ਅੰਦਰ ਜਿਹੜੀ ਸ਼ਾਇਦ ਅ ਜੀ ਇਮਾਨਦਾਰੀ ਆ ਇੱਕ ਹੌਂਸਲਾ ਹੈਗਾ ਇਹ ਚੀਜ਼ਾਂ ਨੇ ਬਹੁਤ ਕੁਝ ਕੀਤਾ ਹੈ ਵੀਏ ਤੱਕ ਸਟੂਡੈਂਟਾਂ ਦੀਆਂ ਲੜਾਈਆਂ ਕਰਕੇ ਕਈ ਪਰਸਨਲ ਦੁਸ਼ਮਣੀਆਂ ਪਈਆਂ ਪਰਚੇ ਪਏ ਕੇਸ ਹੋਏ ਉਹਨਾਂ ਕੇਸਾਂ ਕਰਕੇ ਹੀ ਕਰਦਿਆਂ ਨੇ ਉਰੇ ਪੇਜ ਤੇ ਇੱਥੇ ਆਏ ਇਹ ਗੱਲ ਉਹ ਹੋ ਗਈ ਸੀ ਵੀ ਕੁੱਬੇ ਦੇ ਲੱਤਵੱਜੀ ਤੇ ਕੁੱਬੇ ਨੂੰ ਰਾਸ ਆ ਗਈ ਐਮਏ ਚ ਆ ਕੇ ਇੱਕ ਟਰਾਂਸਫਰਮੇਸ਼ਨ ਹੋਈ ਇੱਕ ਅਲੱਗ ਤਰ੍ਹਾਂ ਦਾ ਅਵਦੇਂਦਰ ਵੀ ਚੇਂਜ ਦੇਖਿਆ ਮਤਲਬ ਮੈਂ ਇੱਥੇ ਜਦੋਂ ਕਰਦਿਆਂ ਦੇ ਫੋਨ ਆਉਣੇ ਮੈਂ ਉਹਨਾਂ ਨੂੰ ਦੱਸਣਾ ਵੀ ਮੈਂ ਜੀ ਹੁਣ ਕਲਾਸ ਚੋਂ ਆਇਆ ਕਿ ਦ ਇੰਡੀਅਨ تھیਟਰ ਡਿਪਾਰਟਮੈਂਟ ਚ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਲੱਗੇ ਰਹਿੰਦੇ ਸੀਗੇ ਫੇਰ ਕਰਦਿਆਂ ਨੂੰ ਕਦੇ ਯਕੀਨ ਜਾਂ ਨਹੀਂ ਆਉਂਦਾ ਸੀਗਾ ਕਿਉਂਕਿ ਉਹਨਾਂ ਨੂੰ ਕਦੇ ਲੱਗਦਾ ਹੀ ਨਹੀਂ ਸੀਗਾ ਵੀ ਇਹ ਇੰਨਾ ਸੰਸੀਅਰ ਜਵਾਕ ਆ ਕਿਉਂਕਿ ਉਹਨਾਂ ਦੀ ਨਜ਼ਰ 'ਚ ਕਰਦਿਆਂ ਨੂੰ ਜਵਾਕ ਚੰਗਾ ਹੋਵੇ ਮਾੜਾ ਹੋਵੇ ਉਹਨਾਂ ਨੂੰ ਹਮੇਸ਼ਾ ਪਾਸ ਸ਼ਰਾਰਤੀ ਜਿਹਾ ਹੀ ਲੱਗਦੇ ਹੁੰਦੇ ਆ ਤਾਂ ਜਦੋਂ ਮੈਂ ਇੱਥੇ ਆ ਕੇ ਜਿਵੇਂ ਜਵਾਕਾਂ ਵਾਂਗੂ ਪੜਨਾ ਜਵਾਕਾਂ ਵਾਂਗੂ ਕਲਾਸਾਂ ਲਾਉਣੀਆਂ ਤਾਂ ਉਹ ਇੱਕ ਆਪ ਦੇ ਅੰਦਰ ਵੀ ਆਪ ਦੇ ਆਪ ਨੂੰ ਵੀ ਸਕੂਨ ਸੀਗੇ ਪਾਸ ਆਊਟ ਹੋਏ ਫੇਰ ਉਹੀ ਸਵਾਲ ਜਿਹੜਾ ਪਲੱਸ 2 'ਚ ਖੜਾ ਹੋਇਆ ਸੀ ਯਾਰ ਹੁਣ ਕੀ ਕਰੀਏ ਕਰ ਲਈ ਐਮਏ ਥੀਏਟਰ ਨਾਲ ਇੱਕ ਸਾਲ ਦਾ ਉਰਦੂ ਦਾ ਡਿਪਲੋਮਾ ਵੀ ਕੀਤਾ ਜਿਹੜੀ ਸ਼ਾਇਦ ਹੁਣ ਲਿਖਣੀ ਪੜ੍ਹਨੀ ਭੁੱਲੀ ਗਏ ਹੋਵਾਂਗੇ ਵੀ ਹੁਣ ਕੀ ਕਰੀਏ ਅੱਗੇ ਕਿੱਧਰ ਨੂੰ ਜਾਈਏ ਤਾਂ ਫੇਰ ਅ ਇਦਾਂ ਹੀ ਅਸੀਂ ਇੱਕ ਚੀਜ਼ ਸਮਝ ਆ ਗਈ ਸੀ ਵੀ ਕਿਸੇ ਦੇ ਅੰਡਰ ਨਹੀਂ ਹੁਣ ਕੰਮ ਹੋਣਾ ਦਾ ਥੀਏਟਰ ਆਰਮੀ ਕਰਕੇ ਅਸੀਂ ਆਪਦਾ ਥੀਏਟਰ ਗਰੁੱਪ ਦੋਕ ਜਣਿਆਂ ਨੇ ਸਟਾਰਟ ਕੀਤਾ ਸੋਲੋ ਪਲੇਸ ਤਿਆਰ ਕੀਤੇ ਤੇ ਚੰਡੀਗੜ੍ਹ ਮੋਹਾਲੀ ਪੰਚਕੁਲਾ ਨੇੜੇ ਤੇੜੇ ਏਰੀਏ ਦੇ ਸਾਰੇ ਪਾਰਕਾਂ 'ਚ ਸਕੂਲਾਂ 'ਚ ਜਾ ਕੇ ਇੰਡੀਵਿਜੂਅਲ ਇੰਡੀਪੈਂਡੈਂਟ ਨਾਟਕ ਕੀਤੇ ਜਿਹੜੇ ਨਾਟਕ ਦੀ ਹੌਲੀ ਹੌਲੀ ਸ਼ਹਿਰ 'ਚ ਵਧੀਆ ਹੱਲਾ ਗੁੱਲਾ ਜਾ ਬੋਲ ਗਿਆ ਫੇਰ ਸਾਨੂੰ ਪਹਿਲੀ ਫਿਲਮ ਹਾਲੀਵੁੱਡ ਦੀ ਸੀ ਵੈਸਟੇਜ ਵੈਸਟ ਮੇਰਾ ਦੋਸਤ ਸੀ ਵਿਸ਼ਾਲ ਬਜਾਜ ਉਹਦਾ ਇੱਕ ਦਿਨ ਫੋਨ ਆਉਂਦਾ ਵੀ ਯਾਰ ਐਦਾਂ ਕਰਕੇ ਕੋਈ ਬਾਹਰੋਂ ਆਏ ਹੋਏ ਨੇ ਫਿਲਮ ਲਈ ਉਹਨਾਂ ਨੂੰ ਇੱਕ ਐਕਟਰ ਚਾਹੀਦਾ ਕੋਈ ਬੱਚਾ ਤਾਂ ਅਸੀਂ ਉਹਨਾਂ ਨੂੰ ਉਹ ਬੱਚਾ ਲੱਭ ਕੇ ਦੇਣ ਲੱਗੇ ਉਹ ਜਵਾਕ ਲੱਭਦੇ ਲੱਭਦੇ ਉਹਨਾਂ ਨੇ ਮਤਲਬ ਮੈਨੂੰ ਲੱਗਦਾ ਵੀ ਚੰਡੀਗੜ੍ਹ ਦਾ ਮੋਹਾਲੀ ਦਾ ਸਾਰੇ ਟੌਪ ਦੇ ਸਕੂਲਾਂ ਦੇ ਹਰ ਤਰ੍ਹਾਂ ਦੇ ਸਕੂਲਾਂ ਦੇ ਉਹਨਾਂ ਨੂੰ ਸਾਰੀ ਜਵਾਕ ਦਿਖਾਤੇ ਉਹਨਾਂ ਨੂੰ ਪਸੰਦ ਨਾ ਆਇਆ ਕੋਈ ਮੈਨੂੰ ਲੱਗੇ ਯਾਰ ਯਾ ਤਾਂ ਇਹ ਫਰਾਡ ਨੇ ਬੰਦੇ ਜਾਂ ਕੋਈ ਇਹ ਠੱਗੀ ਠੱਗੀ ਮਾਰਨਗੇ ਵੀ ਇਹਨਾਂ ਦਾ ਮੋਟਿਵ ਕੀ ਹੈ ਇਹ ਉਹ ਫਿਲਮ ਸੀ ਵੈਸਟ ਵੈਸਟ ਦੀ ਵੈਸਟ ਇਜ਼ ਵੈਸਟ ਹਾਲੀਵੁੱਡ ਦੀ ਫਿਲਮ ਸੀਗੀ ਹੌਲੀ ਹੌਲੀ ਮੈਨੂੰ ਫੇਰ ਇੱਕ ਦਿਨ ਮੇਰੇ ਉਸੇ ਦੋਸਤ ਦਾ ਫੋਨ ਆਇਆ ਵਿਸ਼ਾਲ ਦਾ ਵੀ ਕਹਿੰਦੇ ਵੀ ਉਹਨਾਂ ਨੂੰ ਕਰਤਾ ਸੀ ਉਹਨਾਂ ਦਾ ਕੰਮ ਮੈਂ ਕਿਹਾ ਹਾਂ ਯਾਰ ਵੀ ਜਵਾਕ ਵੀ ਕਾਸਟਿੰਗ ਦਾ ਵੀ ਕਰਾਤਾ ਉਹਨਾਂ ਨੂੰ ਆਪਾਂ ਟਰਾਂਸਪੋਰਟ ਵੀ ਦੇ ਰਹੇ ਹਾਂ ਉਹਨਾਂ ਨੂੰ ਆਪਾਂ ਆ ਕੰਮ ਵੀ ਕਰਾ ਰਹੇ ਹਾਂ ਕੈਟਰਿੰਗ ਲੋਕੇਸ਼ਨਾਂ ਲਭਾਤੀਆਂ ਉਹਨਾਂ ਦੀ ਪਰਮਿਸ਼ਨ ਕਰਾਤੀ ਵਿਸ਼ਾਲ ਮੇਰਾ ਦੋਸਤ ਮੈਨੂੰ ਕਹਿੰਦਾ ਇਹਨਾਂ ਨੂੰ ਕਹਿ ਵੀ ਤੈਨੂੰ ਲਾਈਨ ਪ੍ਰੋਡਿਊਸਰ ਦਾ ਐਗਰੀਮੈਂਟ ਬਣਾ ਕੇ ਦੇਣਾ ਮੈਂ ਉਹਨਾਂ ਕੋਲੇ ਗਿਆ ਮੈਂ ਕਿਹਾ ਵੀ ਬਾਈ ਜੀ ਮੇਰਾ ਲਾਈਨ ਪ੍ਰੋਡ ਉਹਨਾਂ ਨੇ ਬੜੇ ਪਿਆਰ ਜੇ ਨਾਲ ਮੈਨੂੰ ਸਮਝਾਇਆ ਕਹਿੰਦੇ ਯਾਰ ਤੇਰੇ ਚ ਵਧੀਆ એનર્ਜੀ ਐ ਵੀ ਤੂੰ ਆ ਚੀਜ਼ਾਂ ਤੋਂ ਉੱਪਰ ਉੱਠ ਕੋਈ ਨਹੀਂ ਤੇਰਾ ਸਭ ਕੁਝ ਤੈਨੂੰ ਜੋ ਡਿਜ਼ਰਵ ਕਰਦਾ ਹੋਏਗਾ ਉਹ ਮਿਲੇਗਾ ਬਸ ਲੱਗਿਆ ਰਹਿ ਤੇ ਹੋ ਜਾ ਵੀ ਉਹੀ ਜੋ ਮਨ ਚ ਸੋਚਦੇ ਸੀ ਜਿੰਨਿਕ ਉਹ ਤੋਂ ਵੱਧ ਹੀ ਮਿਲਿਆ ਹੋਣਾ ਤੇ ਫਿਲਮ ਲਾਈਨ ਨੂੰ ਬਾਰੋਂ ਲੋਕ ਕਈ ਤਰ੍ਹਾਂ ਨਾਲ ਦੇਖਦੇ ਨੇ ਕਿਸੇ ਨੂੰ ਲੱਗਦਾ ਯਾਰ ਇਹ ਚ ਬਹੁਤ ਪੈਸਾ ਹਨਾ ਕੁਝ ਨਹੀਂ ਹੈਗਾ ਕਮਾ ਵਰਗਾ ਕੰਮ ਹੈ ਜੌਬਸ ਵਰਗੀ ਜੌਬ ਆ ਤੇ ਇਹ ਇੰਡਸਟਰੀ ਕਿੱਤੇ ਨਾ ਕਿਤੇ ਵਧੀਆ ਲੋਕ ਵੀ ਨੇ ਹਰ ਇੰਡਸਟਰੀ ਚ ਹਰ ਖਿੱਤੇ ਚ ਚੰਗੇ ਮਾੜੇ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਮੈਨੂੰ ਵੀ ਜ਼ਿੰਦਗੀ ਚ ਹਰ ਤਰ੍ਹਾਂ ਦੇ ਲੋਕ ਹੀ ਮਿਲੇ ਇਹੀ ਗੱਲ ਫੇਰ ਉਹੀ ਗੱਲ ਹੈ ਵੀ ਆਪਾਂ ਹਮੇਸ਼ਾ ਚੜਦੀ ਕਲਾ ਵਾਲਨੂੰ ਨਜ਼ਰ ਰੱਖੀ ਮਾੜੇ ਬੰਦਿਆਂ ਨੂੰ ਉੱਥੇ ਹੀ ਭੁੱਲ ਜਾਈਦਾ ਸੀ ਉੱਥੇ ਹੀ ਛੱਡ ਜਾਈਦਾ ਸੀ ਉਹਨਾਂ ਦਾ ਰੋਣਾ ਜਾਂ ਲੈ ਕੇ ਨਹੀਂ ਬੈਠ ਜਾਂਦੇ ਸੀਗੇ ਐਮਏ ਤੋਂ ਬਾਅਦ ਦ ਥੀਏਟਰ ਆਰਮੀ ਤੋਂ ਬਾਅਦ ਹੁਣ ਜਦੋਂ ਫਿਲਮਾਂ ਚ ਕੰਮ ਕਰਨ ਲੱਗੇ ਦ ਥੀਏਟਰ ਆਰਮੀ ਫਿਲਮਜ਼ ਹੋ ਗਈ ਉੱਥੇ ਵੀ ਆਪਣਾ ਇੱਕੋ ਮਕਸਦ ਰੱਖਿਆ ਕਾਸਟਿੰਗ ਕੀਤੀ ਪ੍ਰੋਡਕਸ਼ਨ ਦਾ ਕੰਮ ਕੀਤਾ ਅੱਜ ਬਾਬਾ ਜੀ ਨੇ ਚੰਗੀ ਤਰ੍ਹਾਂ ਬਾਹ ਫੜ ਲਈ ਮੇਰੇ ਇੱਕ ਯਾਦ ਹੈ ਸ਼ੁਰੂਆਤੀ ਦਿਨਾਂ ਦੀ ਗੱਲ ਸੀ ਮੈਂ ਬੰਬੇ ਗਿਆ ਹੋਇਆ ਸੀ ਅ ਪੰਕਜ ਕਪੂਰ ਸਰ ਨਾਲ ਮੀਟਿੰਗ ਚੱਲ ਰਹੀ ਸੀ ਟੀ ਬ੍ਰੇਕ ਜਾ ਹੋਇਆ ਮੈਨੂੰ ਸੁਭਾਸ਼ ਕਈ ਜੀ ਦੇ ਆਫਿਸ ਚੋਂ ਫੋਨ ਆਉਂਦਾ ਵੀ ਸਰ ਤੁਹਾਡੇ ਨਾਲ ਗੱਲ ਕਰਨਗੇ ਉਹਨਾਂ ਦੀ ਵੀ ਕਿ ਫਿਲਮ ਫਿਲਮ ਦਾ ਕੰਮ ਸੀਗਾ ਮੇਰੀ ਸੁਭਾਸ਼ ਜੀ ਹੋਰ ਨਾਲ ਗੱਲਬਾਤ ਚੱਲ ਰਹੀ ਆ ਰਕੇਸ਼ ਮਹਿਰਾ ਜੀ ਦੇ ਆਫਿਸ ਚੋਂ ਵੀ ਉਹਨਾਂ ਦੇ ਸੀਨੀਅਰ ਹੈੱਡ ਪਰਸਨ ਦਾ ਫੋਨ ਆਇਆ ਹੋਇਆ ਮੈਨੂੰ ਇੱਕ ਐਮੇ ਕਰਕੇ ਗਿਆ ਹੋਇਆ ਬੰਦਾ ਉਹਦੇ ਲਈ ਵੱਡੀ ਗੱਲ ਹੁੰਦੀ ਆ ਮਤਲਬ ਉਹ ਖੁਸ਼ੀ ਮੇਰੇ ਲਈ ਬਹੁਤ ਜ਼ਿਆਦਾ ਵੱਡੀ ਸੀਗੀ ਮੈਨੂੰ ਸਮਝ ਨਾ ਆਏ ਮਤਲਬ ਇੰਨੀ એનર્ਜੀ ਹੋ ਗਈ ਵੀ ਮੈਂ ਪੰਕਜ ਸਰ ਦੇ ਆਫਿਸ 'ਚ ਇੱਕ ਵੱਡੇ ਬੰਦੇ ਨਾਲ ਗੱਲ ਚੱਲ ਰਹੀ ਆ ਦੂਜਿਆਂ ਦਾ ਫੋਨ ਆ ਰਿਹਾ ਗੱਲ ਹੈ ਛੋਟੀ ਜੀ ਆ ਪਰ ਉਸ ਟਾਈਮ ਮੇਰੇ ਲਈ ਬਹੁਤ ਵੱਡੀ ਸੀਗੀ ਤੇ ਮੈਨੂੰ ਸਮਝ ਨਾ ਆਇਆ ਕਿ ਖੁਸ਼ੀ ਕਿਨੂੰ ਸਾਂਝੀ ਕਰਾਂ ਕਿਹੜੇ ਦੋਸਤ ਨੂੰ ਫੋਨ ਕਰਕੇ ਕਿਉਂ ਫੇਰ ਉਹੀ ਗੱਲ ਵੀ ਜ਼ਿਲ੍ਹਾ ਸੰਗਰੂਰ ਹੈ ਥੋੜਾ ਜਿਹਾ ਖੂਨ 'ਚ ਫੁਕਰੀਆਂ ਵੀ ਆਉਂਦੀਆਂ ਫਿਰ ਮੈਂ ਆਪਣੀ ਨਿੱਕੀ ਭੈਣ ਨੂੰ ਉਹ ਫੋਨ ਕੀਤਾ ਤੇ ਮੈਂ ਕਿਹਾ ਵੀ ਤੈਨੂੰ ਪਤਾ ਵੀ ਅੱਜ ਇੰਨੀ ਚੜ੍ਹਾਈ ਆ ਆ ਗੱਲ ਹੈ ਵਾਹ ਗੱਲ ਹੈ ਤੇ ਅੱਜ ਅੱਜ ਸ਼ਾਇਦ ਜਦੋਂ ਤੁਸੀਂ ਬਹੁਤ ਕੁਝ ਹਾਸਲ ਵੀ ਕਰ ਲੈਂਦੇ ਹੋ ਫਿਰ ਤੁਹਾਨੂੰ ਸਫਲਤਾ ਜਾਂ ਕਈ ਚੀਜ਼ਾਂ ਛੋਟੀਆਂ ਵੀ ਲੱਗਣ ਲੱਗ ਜਾਂਦੀਆਂ ਨੇ ਫਿਰ ਤੁਹਾਨੂੰ ਆਪ ਦਾ ਆਪ ਵੀ ਛੋਟਾ ਲੱਗਦਾ ਅੱਜ ਵੀ ਐਂ ਲੱਗਦਾ ਯਾਰ ਹਲੇ ਤਾਂ ਬਹੁਤ ਕੁਝ ਕਰਨਾ ਬਾਕੀ ਵੀ ਹੈ ਤੇ ਜਿਹੜਾ ਸੱਚ ਵੀ ਹੈ ਬਾਕੀ ਵੀ ਹੈ ਅ ਫਿਰ ਜਦੋਂ ਕਛੂਏ ਨੂੰ ਹਮੇਸ਼ਾ ਨਾਲ ਰੱਖਿਆ ਉਹਦੇ ਦਿਲ 'ਚ ਰੱਖਿਆ ਦਿਮਾਗ 'ਚ ਰੱਖਿਆ 10-12 ਸਾਲ ਜਦੋਂ ਪ੍ਰੋਡਕਸ਼ਨ ਲਾਈਨ 'ਚ ਇੰਨਾ ਕੰਮ ਕਰ ਲਿਆ ਕਾਫਰ ਇੱਕ ਜਤ ਬਣ ਜਾਂਦੀ ਹੈ ਇੱਕ ਰੈਪਿਊਟੇਸ਼ਨ ਬਣ ਜਾਂਦੀ ਹੈ ਜਦੋਂ ਤੁਸੀਂ ਸਾਫ਼ ਦਿਲ ਸਾਫ਼ ਨੀਅਤ ਤੇ ਇਮਾਨਦਾਰੀ ਨਾਲ ਕੰਮ ਕੀਤਾ ਹੁੰਦਾ ਹੈ ਦ ਗੈਂਗਲੈਂਡ ਇਨ ਮਦਰਲੈਂਡ ਜਿਹੜੀ 2018-19 ਚ ਤੁਸੀਂ ਵਧੀਆ ਜਿਹਨੂੰ ਪਿਆਰ ਵੀ ਦਿੱਤਾ ਇੱਕ ਵੈਬ ਸੀਰੀਜ਼ 10-12 ਸਾਲ ਪ੍ਰੋਡਕਸ਼ਨ ਲਾਈਨ ਚ ਕੰਮ ਕਰਨ ਤੋਂ ਬਾਅਦ ਪਰਮਾਤਮਾ ਨੇ ਇੰਨਾ ਕੁ ਉਂ بلند ਕਰਤਾ ਸੀਗਾ ਵੀ ਫਿਰ ਇੱਕ ਦਿਨ ਤੁਹਾਨੂੰ ਸਾਰੀਆਂ ਚੀਜ਼ਾਂ ਆਪ ਮਹਾਰੇ ਮਿਲਣ ਲੱਗ ਜਾਂਦੀਆਂ ਨੇਗੀਆਂ ਗੀਤ ਐਮਪੀ3 ਕੇ ਵੀ ਟਿਲੋਂ ਵੀ ਰੇ ਹੋਰੀ ਨਿਸ਼ਾਨ ਭਾਜੀ ਹੋਰੀ ਆਏ ਵੀ ਆਪਾਂ ਕੁਝ ਇਦਾਂ ਦੀ ਚੀਜ਼ ਬਣਾਉਣਾ ਚਾਹੁੰਦੇ ਆ ਵੀ ਕੋਈ ਵੈਬ ਸੀਰੀਜ਼ ਕੀ ਕਰੀਏ ਕਿੱਦਾਂ ਕਰੀਏ ਤਾਂ ਮੈਂ ਉਹਨਾਂ ਨੂੰ ਵੈਸੇ ਹੀ ਆਪਣੇ ਮਸਤੂਆਣਾ ਸਾਹਿਬ ਕਾਲਜ ਦੀਆਂ ਸਾਡੇ ਸੁਨਾਮ ਐਸ ਯੂ ਐਸ ਕਾਲਜ ਦੀਆਂ ਲੈਰੇ ਗਾਗੇ ਅ ਦੋ ਚਾਰ ਕਾਲ ਜਿੱਦੀਆਂ ਘਟਨਾਵਾਂ ਵਗੈਰਾ ਸੁਣਾਈਆਂ ਤਾਂ ਉਹਨਾਂ ਨੂੰ ਬਹੁਤ ਵਧੀਆ ਲੱਗੀਆਂ ਉਹਨਾਂ ਨੇ ਕਿਹਾ ਯਾਰ ਹਾਂ ਇਦਾਂ ਦੀ ਹੀ ਚੀਜ਼ ਹੈ ਵੀ ਆਹ ਕੁਛ ਰਣਾ ਤੇ ਮੈਂ ਹਾਲਾ ਕਿ ਮੈਂ ਖੁਦ ਨਹੀਂ ਡਾਇਰੈਕਟ ਕਰਨਾ ਚਾਹੁੰਦਾ ਸੀ ਮੈਂ ਜਤਿੰਦਰ ਮੋਹਰਪਾ ਜੀ ਸਟਾਲਿਨ ਵੀਰ ਮੇਰਾ ਦੋਸਤ ਹੈ ਮੈਂ ਕਈ ਨਾਮ ਲੈ ਵੀ ਆਪਾਂ ਇਹਨਾਂ ਤੋਂ ਕਰਾ ਦਿੰਦੇ ਨੇ ਉਹ ਕਹਿੰਦੇ ਨਹੀਂ ਪਾਜੀ ਵੀ ਜਿਵੇਂ ਤੁਸੀਂ ਸੁਣਾਈ ਆ ਨਾ ਆਪਾਂ ਨੂੰ ਬਸ ਆਹੀ ਚ ਮਤਲਬ ਕਈ ਵੀ ਵੀਰੇ ਨੇ ਜਿੱਦ ਨਾਲ ਕਹਿ ਲੋ ਪਿਆਰ ਨਾਲ ਕਹਿ ਲੋ ਜ਼ਬਰਦਸਤੀ ਉਹ ਮੈਥੋਂ ਕਰਵਾਇਆ ਤੇ ਜਿਹੜਾ ਇੱਕ ਸੋਣੀ ਚੀਜ਼ ਉੱਬਰ ਕੇ ਵੀ ਆਈ ਤੇ ਜਿਹਦੇ ਅਕਸਰ ਦਰਸ਼ਕ ਮੈਨੂੰ ਹੁਣ ਤੱਕ ਵੀ ਰੋਜ਼ ਇੰਸਟਾ ਵਗੈਰਾ ਤੇ ਵਟਸਐਪ ਤੇ ਆ ਕਿਤੇ ਨਾ ਕਿਤੇ ਮੈਸੇਜ ਆ ਜਾਂਦੇ ਨੇ ਸਾਡੀ ਸਾਰੀ ਟੀਮ ਨੂੰ ਹੀ ਮੈਸੇਜ ਆਉਂਦੇ ਨੇ ਕਿ ਕਵੀ ਮੈਨੂੰ ਕੱਲ ਪਰਸੋਂ ਫੋਨ ਆਇਆ ਉਹ ਵੀ ਕਹਿੰਦਾ ਭਾਜੀ ਵੀ ਮੈਨੂੰ ਕਿਸੇ ਰਿਸ਼ਤੇਦਾਰ ਦਾ ਸਪੈਸ਼ਲ ਫੋਨ ਆਇਆ ਵੀ ਉਹਨਾਂ ਦੇ ਗਾਹੋਂ ਰਿਸ਼ਤੇਦਾਰ ਨੇ ਪੁੱਛਿਆ ਵੀ ਯਾਰ ਗੈਂਗਲੈਂਡ ਦਾ ਗੈਂਗਲੈਂਡ ਇਨ ਮਦਰਲੈਂਡ 2 ਕਦੋਂ ਆਊਗੀ ਪਰਮਾਤਮਾ ਜਿਉਂਦੇ ਰੱਖੇ ਚੜ੍ਹਦੀ ਫੇਰ ਐਦਾਂ ਹੀ ਲੌਕਡਾਊਨ ਹੋਇਆ ਹਨਾ ਲੌਕਡਾਊਨ ਚ ਥੋੜਾ ਜਿਹਾ ਸਾਰੇ ਪਾਸੇ ਕਾਰੋਬਾਰ ਬੰਦ ਹੋਏ ਸਾਨੂੰ ਵੀ ਫਿਕਰ ਫਾਕੇ ਹੋਏ ਵੀ ਅਰ ਹੁਣ ਹੁਣ ਸ਼ੂਟਿੰਗਾਂ ਬੰਦ ਨੇ ਹੌਲੀ ਹੌਲੀ ਜਿਹੜੇ ਚਾਰ ਪੈਸੇ ਬੰਦੇ ਦੀ ਜੇਬ ਚ ਹੁੰਦੇ ਨੇ ਉਹ ਵੀ ਮੁੱਕਣੇ ਸ਼ੁਰੂ ਹੋ ਜਾਂਦੇ ਨੇ ਟੀਮ ਹੁੰਦੀ ਆ ਮੇਰੇ ਯਾਦ ਆ ਇੱਕ ਵਾਰੀ ਅਸੀਂ ਸਾਰੀ ਟੀਮ ਇੱਕ ਘਰ ਚ ਰਹਿੰਦੇ ਸੀ ਆਪਦੇ ਚ ਤੇ 1000 ਰੁਪਏ ਸੌਰੀ ਟੂਟੀ ਦਾ ਬਿੱਲ ਸੀਗਾ ਉਹ ਪਰੰਦੇ ਜੇਬ ਚ ਪੈਸੇ ਨਹੀਂ ਸੀਗੇ 14000 ਬਿਜਲੀ ਦਾ ਬਿੱਲ ਸੀ ਤਾਂ ਟੂਟੀ ਮੈਕਮੇ ਵਾਲੇ ਆਏ ਉਹਨਾਂ ਨੇ ਘਰ ਦੇ ਬਾਹਰ ਖੱਡਾ ਜਾਂ ਪੱਟਤਾ ਕਹਿੰਦੇ ਕਿ ਕਨੈਕਸ਼ਨ ਕੱਟਣਾ ਬਿਜਲੀ ਵਾਲੇ ਆਏ ਉਹ ਕਹਿੰਦੇ 14000 ਬਿੱਲ ਪਰ ਸ਼ਾਮ ਤੱਕ ਜਾਂ ਫਿਰ ਕਨੈਕਸ਼ਨ ਕੱਟ ਦਾਂਗੇ ਕਰਦੇ ਕਰਦੇ ਮੇਰਾ ਦੋਸਤ ਦੀਪਕ <th> ਪਰ ਵਿੱਕੀ ਮੱਖੂ ਮੇਰਾ ਵੀਰਾ ਛੋਟਾ ਤਾਂ ਇਹ ਮੈਨੂੰ ਇਹਨਾਂ ਨੇ ਇੱਕ ਆਈਡੀਆ ਜਾਂ ਦੱਸਿਆ ਵੀ ਬਾਈ ਐਂ ਜੇ ਕਰਕੇ ਫਲੈਟਾਂ ਜਿਹਦੀ ਇੱਕ ਕਹਾਣੀ ਹੈ ਸੁਣਨ ਚ ਤਾਂ ਉਹ ਬਹੁਤ ਸੌਖੀ ਜੀ ਲੱਗੀ ਯਾਰ ਦੋ ਫਲੈਟ ਹੀ ਚਾਹੀਦੇ ਨੇਗੇ ਪਰ ਮੈਨੂੰ ਲੱਗਦਾ ਵੀ ਮੇਰੀ ਜ਼ਿੰਦਗੀ ਦੇ ਪ੍ਰੋਡਕਸ਼ਨ ਦੀਆਂ ਫਿਲਮਾਂ ਚੋਂ ਵੀ ਜਿਹੜੀਆਂ ਔਖੀਆਂ ਤੋਂ ਔਖੀਆਂ ਲੋਕੇਸ਼ਨਾਂ ਤੋਂ ਵੀ ਸਿੰਪਲ ਜਿਹੇ ਇਹ ਦੋ ਫਲੈਟ ਲੱਭਣੇ ਵੀ ਈਜ਼ੀ ਨਹੀਂ ਸੀਗੇ ਅ ਕਰੋਨਾ ਚੱਲ ਰਿਹਾ ਸੀ ਸੁਸਾਇਟੀਆਂ ਵਾਲੇ ਆਲਮੋਸਟ ਨਾ ਹੀ ਕਰ ਦਿੰਦੇ ਸੀ ਫੇਰ ਫਾਈਨਲੀ ਸਾਨੂੰ ਇੱਕ ਜਿਹੜੀ ਸੁਸਾਇਟੀ ਮਿਲੀ ਉੱਥੇ ਬਜ਼ੁਰਗ ਸਾਡੇ ਇਕੱਠੇ ਹੋ ਕੇ ਆਗੇ ਕਹਿੰਦੇ ਬੇਟਾ ਯਾਰ ਤੁਸੀਂ ਬਾਹਰੋਂ ਆਏ ਹੋ ਹੋ ਵੀ 40 50 ਲੋਕ ਵੀ ਸਾਡੇ ਇੱਥੇ ਯਾਰ ਕਰੋਨਾ ਕਰਕੇ ਡਰਦੇ ਆਂ ਵੀ ਸਾਡੇ ਬੱਚੇ ਵੀ ਨੇ ਫਿਰ ਸਾਨੂੰ ਵੀ ਲੱਗਾ ਯਾਰ ਵੀ ਚਲੋ ਕਿਸੇ ਦਾ ਨੁਕਸਾਨ ਕਰਕੇ ਆ ਕਿਸੇ ਨੂੰ ਡਰਾ ਧਮਕਾ ਕੇ ਕੀ ਸ਼ੂਟ ਕਰਨਾ ਕਈ ਪੁਆਇੰਟ ਆਉਂਦੇ ਸੀ ਸਾਨੂੰ ਲੱਗਦਾ ਸੀ ਜਲਵਾਯੂ ਬੰਦ ਹੋ ਜੂਗੀ ਵੀ ਆ ਨਹੀਂ ਹੋਊਗੀ ਪਰ ਅੱਜ ਜਲਵਾਯੂ ਇਨਕਲੇਵ ਵਧੀਆ ਜਿਹੜੀ ਥੀਏਟ੍ਰਿਕਲ ਵੀ ਰਿਲੀਜ਼ ਹੋਈ ਫਿਲਮਾਂ ਜਾਂ ਕੋਈ ਵੀ ਚੀਜ਼ ਜਿੰਨੀ ਬਣਾਉਣੀ ਇਜ਼ੀ ਆ ਉੰਨੀ ਹੀ ਉਹਨੂੰ ਰਿਲੀਜ਼ ਕਰਨ 'ਚ ਵੀ ਉਨਾ ਹੀ ਜ਼ੋਰ ਤੇ ਮਿਹਨਤ ਲੱਗਦੀ ਆ ਆਪਾਂ ਮੇਕਰਸ ਲੋਕ ਆਪਾਂ ਨੂੰ ਲੱਗਦਾ ਯਾਰ ਬਣਾਉਣ ਬਣਾਉਣੀ ਆ ਗਈ ਆਪਾਂ ਜੰਗ ਜਿੱਤ ਲਈ ਪਰ ਅਸਲੀ ਜੰਗ ਇੱਕ ਹੋਰ ਉਦੋਂ ਬਾਅਦ 'ਚ ਸ਼ੁਰੂ ਹੁੰਦੀ ਆ ਜਿਹੜੀ ਸਾਨੂੰ ਵੀ ਦੇਖਣੀ ਪਈ ਫਿਲਮ ਡਿਸਟ੍ਰਿਬਿਊਟ ਕਰਨ ਤੋਂ ਲੈ ਕੇ ਹੋਰ ਕਈ ਪਾਸਿਆਂ 'ਚ ਪਰਾ ਹੌਸਲੇ ਨੇ ਤੁਹਾਨੂੰ ਸਿਰਫ ਜਿੰਨਾ ਤੁਸੀਂ ਕੀ ਕਹਿੰਦੇ ਨੇ ਕਿਸੇ ਜੀ ਚੀਜ਼ ਤੇ ਜੇ 100% ਇਮਾਨਦਾਰੀ ਦੀ ਜਗ੍ਹਾ ਤੇ ਮੈਂ ਕਹਿੰਦਾ 1000% ਇਮਾਨਦਾਰੀ 100% ਜ਼ੋਰ ਦੀ ਜਗ੍ਹਾ ਤੇ 100% ਨਹੀਂ 1000% ਜ਼ੋਰ ਲਾ ਦੇਣਾ ਚਾਹੀਦਾ ਤੇ ਤੁਹਾਡੀ ਕੋਈ ਵੀ ਵੱਡੀ ਤੋਂ ਵੱਡੀ ਔਕੜ ਮੁਸੀਬਤ ਤੁਹਾਡਾ ਰਾਹ ਰੋਕੇ ਨਹੀਂ ਸਕਦੀ ਮਤਲਬ ਮੈਂ ਕਹਿੰਦਾ ਵੀ ਸਮੁੰਦਰ ਵਾਂਗੂ ਵੀ ਬਸ ਤੂਫਾਨ ਬਣ ਕੇ ਆਓ ਤੇ ਲੈ ਜੋ ਜਿਹੜਾ ਕੁਝ ਜਿਹੜੀ ਵੀ ਰਿਕਵਰਟ ਕੋਵਟ ਹੈਗੀ ਆ ਬਾਕੀ ਦਾ تھیਟਰ ਆਰਮੀ ਫਿਲਮਜ਼ ਵੱਲੋਂ ਵੀ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਆ ਮੈਂ ਮੇਰੇ ਨਾਲ ਦਾ ਇਹਨੂੰ ਵੀ ਸਮਝਾਉਣਾ ਹੁੰਦਾ ਵੀ ਯਾਰ ਜਦੋਂ ਤੁਸੀਂ ਕਾਸਟਿੰਗ ਕਰਦੇ ਹੋ ਤੁਸੀਂ ਆਪਣੇ ਸੁਪਨੇ ਵੀ ਜੀ ਰਹੇ ਹੋ ਤੁਸੀਂ ਨਾਲ ਕਿਸੇ ਦੇ ਸੁਪਨੇ ਪੂਰੇ ਕਰ ਰਹੇ ਹੋ ਵੀ ਜਿਹੜੇ ਜਿਹੜੇ ਬੰਦੇ ਸ਼ਾਇਦ ਕੁਝ ਕਰਨਾ ਚਾਹੁੰਦੇ ਨੇ ਕੁਝ ਬਣਨਾ ਚਾਹੁੰਦੇ ਨੇ ਜਿਨ੍ਹਾਂ ਨੂੰ ਇਸ ਫੀਲਡ ਦਾ ਰਾਹ ਵੀ ਨਹੀਂ ਮਿਲ ਰਿਹਾ ਤੁਸੀਂ ਉਹਨਾਂ ਦੀ ਸਪੋਰਟ ਕਰਕੇ ਇੱਕ ਬਹੁਤ ਪੁੰਨ ਦਾ ਕੰਮ ਹੈ ਵੀ ਨਾਲੇ ਪੁੰਨ ਤੇ ਨਾਲੇ ਫਲੀਆਂ ਤੇ ਹਮੇਸ਼ਾ ਆਪਣੇ ਵੱਲੋਂ ਨਵੇਂ ਯੰਗਸਟਰਸ ਜਿਹੜੇ ਵੀ ਲਾਈਨ 'ਚ ਜਾਣਾ ਚਾਹੁੰਦੇ ਨੇ ਹਮੇਸ਼ਾ ਅਸੀਂ ਓਪਨ ਰਹੇ ਹਾਂ ਅਵੇਲੇਬਲ ਰਹੇ ਹਾਂ ਜਿੰਨਾ ਕਿ ਕਿਸੇ ਦੀ ਸਪੋਰਟ ਕਰ ਸਕਦੇ ਹੋਈਏ ਕਿਉਂਕਿ ਕਿਸੇ ਨਾ ਕਿਸੇ ਭੈਣ ਭਰਾ ਨੇ ਕਦੇ ਸਾਡੀ ਬਾਹ ਫੜੀ ਹੋਣੀ ਕਦੇ ਸਾਨੂੰ ਰਾਹ ਪਾਇਆ ਸੀਗਾ ਅੱਜ ਅਸੀਂ ਵੀ ਵੱਡੀਆਂ ਵੱਡੀਆਂ ਫਿਲਮਾਂ ਉੜਤਾ ਪੰਜਾਬ ਨਾਨਕ ਸ਼ਾਫ ਕੀ ਰਸਟੀ ਡਾਂਸਰ ਬਬਲੀ ਬਾਉਂਸਰ ਟੱਬਰ ਟੱਬਰ ਵੈਬ ਸੀਰੀਜ਼ ਸੋਨੀ ਲਿਫ ਤੇ ਜਿਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਤਾਂ ਵੱਡੇ ਵੱਡੇ ਕੰਮ ਖੁਦ ਵੀ ਜੁੜੇ ਆਪਦੇ ਨਾਲ ਟੀਮਾਂ ਜੋੜ ਕੇ ਹੋਰ ਪਰਸਨਸ ਨੂੰ ਵੀ ਨਾਲ ਜੋੜ ਕੇ ਕਿਸੇ ਨਾ ਕਿਸੇ ਦੇ ਸੁਪਨੇ ਪੂਰੇ ਕਰਨ ਚ ਸਹਿਯੋਗੀ ਬਣੇ ਹੋਵਾਂਗੇ ਸਿਰਫ ਪੋਜ਼ਿਟਿਵ ਰਹਿ ਕੇ ਆਪਦੇ ਕੰਮ ਨਾਲ ਕੰਮ ਰੱਖੋ ਤੁਹਾਨੂੰ ਕਿਸੇ ਫालतू ਕੋਈ ਸੈਕਟਿਸ ਸ਼ਰਾਬਾਂ ਵੀ ਕੇ ਸਰਕਲ ਬਣਾਉਣ ਦੀ ਲੋੜ ਨਹੀਂ ਤੁਸੀਂ ਇੱਕ ਕੰਮ ਮਿਲੇ ਆ ਉਹਨੂੰ ਵਧੀਆ ਢੰਗ ਨਾਲ ਕਰੋ ਅਗਲਾ ਕੰਮ ਤੁਹਾਡਾ ਆਪ ਇੰਤਜ਼ਾਰ ਕਰੂਗਾ ਜੋਸ਼ ਟੌਕ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਾਡੇ ਦਿਲ ਦੀਆਂ ਸਾਡੇ ਇਰਮਾਨ ਇੱਥੇ ਕਹਿਣ ਦਾ ਮੌਕਾ ਦਿੱਤਾ ਧੰਨਵਾਦ ਵੀਰੇ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ